ਦੇਸ਼ ਹੀ ਨਹੀਂ ਦੁਨੀਆ ਵਿੱਚ ਸਭ ਤੋਂ ਵੱਧ ਟ੍ਰੈਫਿਕ ਸਮੱਸਿਆ ਵਾਲਾ ਸ਼ਹਿਰ ਮੰਨਿਆ ਜਾਂਦਾ ਹੈ ਮੁੰਬਈ। ਇੱਥੋਂ ਦੇ ਲੋਕਾਂ ਨੂੰ ਸਭ ਤੋਂ ਵੱਧ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜਾਣਕਾਰੀ ਟੋਮਟੋਮ ਟ੍ਰੈਫਿਕ ਇੰਡੈਕਸ 2018 ਦੇ ਸਰਵੇਖਣ ਵਿੱਚ ਸਾਹਮਣੇ ਆਈ ਹੈ। ਮੁੰਬਈ ਹੀ ਨਹੀਂ ਦਿੱਲੀ ਦੀ ਹਾਲਤ ਵੀ ਜ਼ਿਆਦਾ ਚੰਗੀ ਨਹੀਂ ਹੈ। ਰਿਪੋਰਟ ਵਿੱਚ ਇਸ ਨੂੰ ਚੌਥੇ ਸਥਾਨ ਤੇ ਰੱਖਿਆ ਗਿਆ ਹੈ। ਲੋਕੇਸ਼ਨ ਟੈਕਨੋਲੋਜੀ ਸਪੈਸ਼ਲਿਸਟ ਟੋਮਟੋਮ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਰਿਪੋਰਟ ਮੁਤਾਬਕ ਮੁੰਬਈ ਵਿੱਚ ਰੁਝੇ ਸਮੇਂ ਦੌਰਾਨ ਆਪਣੇ ਟਿਕਾਣੇ ਤੱਕ ਪਹੁੰਚਣ ਦੇ ਲਈ 65% ਤੋਂ ਵੱਧ ਸਮਾਂ ਲੱਗਦਾ ਹੈ। ਉੱਥੇ ਹੀ ਦਿੱਲੀ ਵਿੱਚ ਆਪਣੇ ਟਿਕਾਣੇ ਤੱਕ ਪਹੁੰਚਣ ਦੇ ਲਈ 58% ਸਮਾਂ ਵੱਧ ਲੱਗਦਾ ਹੈ। ਹਾਲਾਂਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2018 ਦੇ ਮੁਕਾਬਲੇ ਦੋਵਾਂ ਸ਼ਹਿਰਾਂ ਵਿੱਚ ਟ੍ਰੈਫਿਕ ਥੋੜਾ ਘਟਿਆ ਹੈ। ਖਬਰਾਂ ਮੁਤਾਬਕ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇ ਸ਼ਹਿਰ ਮੁੰਬਈ ਵਿੱਚ ਡਰਾਈਵਰਾਂ ਨੂੰ ਇਸ ਸਾਲ ਯਾਤਰਾ ਪੂਰੀ ਕਰਨ ਵਿੱਚ 65% ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਤੋਂ ਬਾਅਦ ਟੌਪ 5 ਰੈਂਕਿੰਗ ਵਿੱਚ ਬੋਗੋਟਾ, ਲੀਮਾ, ਨਵੀਂ ਦਿੱਲੀ ਅਤੇ ਮਾਸਕੋ ਸ਼ਹਿਰ ਦਾ ਨੰਬਰ ਆਉਂਦਾ ਹੈ। ਸਾਲ 2018 ਵਿੱਚ ਮੁੰਬਈ ਵਿੱਚ ਔਸਤ ਟ੍ਰੈਫਿਕ ਕੰਜੈਕਸ਼ਨ 65% ਸੀ, ਜੋ ਕਿ ਸਾਲ 2017 ਵਿੱਚ 66% ਦੇ ਮੁਕਾਬਲੇ ਥੋੜਾ ਘਟਿਆ ਸੀ। ਸੋ ਆਧੁਨਿਕ ਯੁੱਗ ਦੇ ਵਿੱਚ ਜਿੱਥੇ ਮਸ਼ੀਨੀਕਰਨ ਅਤੇ ਟ੍ਰੈਫਿਕ ਦੀ ਸਮੱਸਿਆ ਗੰਭੀਰਤਾ ਦਾ ਵਿਸ਼ਾ ਹੈ, ਉੱਥੇ ਹੀ ਸਾਨੂੰ ਹੀ ਇਸ ਸਮੱਸਿਆ ਦੇ ਹੱਲ ਕਰਨ ਦੇ ਲਈ ਉਚੇਚੇ ਕਦਮ ਚੁੱਕਣ ਦੀ ਜ਼ਰੂਰਤ ਹੈ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।